ਸੱਚ ਕੇ ਸੁਣ ਕੇ ਚਾ ਸਵਾਗਤ ਤੁਹਾਡੇ ਗੱਲਬਾਤ ਦੇ ਰੋਮਾਂਚਿਕ ਕਿੰਮੀ ਪਵਨ ਸੀਰੀਜ਼ ਦੇ। ਬੜੀ ਜਨਤਾ ਆਖਦੀ ਬਾਈ ਇਹਨਾਂ ਦਾ ਰੋਮਾਂਚਿਕ ਬਣਾ, ਇਹਨਾਂ ਦਾ ਰੋਸਟ ਕਰ। ਇਹਦਾ ਰੋਸਟ ਕੀਤਾ ਕਿਉਂ ਨਹੀਂ ਮੈਂ ਕਦੇ? ਕਿੰਮੀ ਪਵਨ, ਪਿੰਦਰ ਪਵਨ, ਹੋਰ ਪਤਾ ਨਹੀਂ ਪਿੰਦਰ ਪਵਨ ਤਾਂ ਜਾਣਦਾ ਸੱਚ ਉਹਨੂੰ ਤਾਂ ਮੈਂ। ਇਹ ਕੀ ਆ ਗਿਫਟ ਓਪਨਿੰਗ ਵਲੋਗ ਐਨਵਰਸਰੀ ਗਿਫਟ ਤੇਰਾ ਪਲ ਹੋ ਜੇ, ਕਿਵੇਂ ਰਿਹਾ ਟ੍ਰਿਪ ਸਾਡਾ? ਲੈ ਤੁਹਾਨੂੰ ਪਤਾ ਹੋਣਾ, ਸਾਨੂੰ ਥੋੜ੍ਹੀ ਪਤਾ ਕਿਵੇਂ ਰਿਹਾ, ਤੁਸੀਂ ਦੱਸੋ ਕਿਵੇਂ ਰਿਹਾ। ਡੈਡੀ ਨਾਲ ਗੱਲਾਂ ਬਾਤਾਂ, ਓਏ ਹੋਏ ਹੋਏ ਤੇਰਾ ਪਲ ਹੋ ਜੇ। ਇਹ ਯਾਰ ਇਹ ਹੋ ਗਿਆ ਅਤੇ ਕੇਂਦਰ ਕਿਰਤ ਹੋ ਗਏ, ਇਹ ਵਿਆਹਾਂ 'ਚ ਹੀ ਰਹਿ ਜਾਂਦੇ, ਇਹਨਾਂ ਦੇ ਰੋਮਾਂਚਿਕ ਤਾਂ ਨਹੀਂ ਬਣਾਉਂਦਾ ਪਿਆ ਸੀ ਮੈਂ। ਆਓ ਵੇਖੀਏ ਕੀ ਗਿਫਟ ਓਪਨ ਕਰਦੇ ਆ, ਦੱਸ ਲੈ ਕਮਾਲ ਹੋ ਗਈ। ਇਹਨਾਂ ਨੂੰ ਗਿਫਟ ਮਿਲਦੇ, ਸਾਨੂੰ ਤਾਂ ਕਦੇ ਮਿਲੇ ਨਹੀਂ ਗੇ ਵੀ ਇਹ ਜਿਹੜਾ ਅਸੀਂ ਗਿਫਟ ਓਪਨਿੰਗ ਵਲੋਗ ਬਣਾ ਲਈਏ। ਸੈਮਨ ਰੂਲੇ ਨੇ ਪਾਇਆ ਵਲੋਗ ਗਿਫਟ ਓਪਨਿੰਗ, ਬੂਟ ਫੜੀ ਖੜਾ ਹੱਥ ਚੱਲੇ, ਦੱਸ ਜੁੱਤਾ ਫੜਿਆ ਹੋਇਆ ਡੱਬੇ 'ਚ ਕੱਢੇ ਗਿਫਟ ਓਪਨਿੰਗ ਵਲੋਗ। ਆ ਹੋਰ ਹੀ ਘੁੰਮਦਾ ਜਾਂਦਾ ਰੰਗ ਪਰ। ਚਲੋ ਆਓ ਸ਼ੁਰੂ ਕਰੀਏ, ਵੇਖੀਏ ਕੀ ਹੈ ਇਹਦੇ ਵਲੋਗ 'ਚ। ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਅਤੇ ਇੱਧਰ ਗੱਡੀ ਪੂਰੀ ਹੈ, ਧੋਤੀ ਪਈ ਹੈ, ਇਹਦਾ ਕ੍ਰੈਡਿਟ ਟੂ ਗੋਜ਼ ਪਵਨ ਅਟਵਾਲ। ਅਤੇ ਅੱਛਾ ਇਹਦਾ ਨਾਂ ਕਿੰਮੀ ਹੈ, ਕੁੜੀ ਦਾ ਨਾਂ ਪਵਨ। ਅੱਛਾ ਰੁਸ਼ ਤਾਂ ਬਹੁਤ ਹੋਇਆ ਇਹਦਾ, ਅਸੀਂ ਨਹੀਂ ਕੀਤਾ ਪਤਾ ਨਹੀਂ ਕਿਉਂ। ਚੱਲ ਕਿੰਮਾ ਕਿੰਮ 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 ਦੀਦੀ ਅਤੇ ਇੱਕ ਕਿੰਮੀ, ਹਾਂ ਵਰਕਸ਼ਾਪ ਕਹਿੰਦੀ ਸੀ ਪਰ ਚੱਲ ਕੀ ਆ ਕੱਢਣ ਪਾਉਂਦੇ ਇਹਦੇ 'ਚ। ਹਾਂ ਕਹਿੰਦ ਧੋਤੀ ਕਹਿੰਦ ਤੈ ਧੋਤੀ ਦੇਖ, ਮੈਂ ਹੁਣ ਇੱਕ ਚੀਜ਼ ਦਿਖਾਉਣਾ, ਜਿਵੇਂ ਕੈਰਨ ਧੋਂਦੀ ਨਾ ਇੱਦਾਂ ਕਿ ਜ਼ਿਆਦਾ ਗੱਡੀ ਗੰਦੀ ਰਹਿੰਦੀ ਆ ਦੇਖਿਓ। ਜਨਾਨੀ ਤਾਂ ਗੱਡੀਆਂ ਧਵਾਈ ਜਾਂਦਾ ਪਰ ਰਾਵਾ ਤੂੰ ਆਪ ਧੋ ਲੈਂਦਾ। ਇਹ ਮੈਨੂੰ ਤਾਂ ਗੁਰਲਾਲ ਭਾਵੇ ਦਾ ਭਰਾ ਹੀ ਲੱਗਿਆ, ਐਂ ਬਣਾਉਂਦਾ ਦੇਖਿਓ। ਮੈਂ ਸਕ੍ਰੈਚ ਨਹੀਂ ਪਾਉਣੇ ਹੁੰਦੇ, ਤੁਹਾਨੂੰ ਹੋਰ ਦਿਖਾਉਣਾ ਦੇਖਿਓ ਹੁਣ। ਚੱਲ ਦੇਖਿਓ ਦੇਖਿਓ ਬਾਕੀ ਦੇਖਣ ਲੱਗਾ, ਆਹ ਦੇਖੋ ਅੰਦਰ ਦੇ ਪਾਸੇ ਕਿੰਨੀ ਮਿੱਟੀ, ਓਏ ਹੋਏ ਹੋਏ ਰਲ ਕੇ ਧੋ ਲਏ, ਲਾਏ ਦੇਖੋ ਕਿੰਨੇ ਗੰਦੇ ਲਾਏ ਨੇ ਸਾਹਿਬ ਕਿਤੇ। ਮੁੜ ਕੇ ਮੂੰਹ ਲਾ ਕੇ ਕਹਦਾ ਨਾ ਇਹਨੇ ਧੋਤੀ ਸੀ, ਇਹਨੇ ਸਕ੍ਰੈਚ ਪਾਤੇ ਹੋਣੇ ਆ ਰੇਤੇ ਨਾਲ। ਆਹ ਕਿੰਨੇ ਪਾਏ ਹੋਆ, ਹਾਂ ਔਰ ਬਿੰਗੀ ਚੱਲ। ਓਏ ਆਹ ਤਾਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਆਪਦੀ ਜਨਾਨੀ ਦੀ, ਫਿਰ ਕੱਲ੍ਹ ਨੂੰ ਕੋਈ ਬੋਲ ਪਏ ਆ ਖੁੱਲ੍ਹਾ ਉਸ ਤਾਂ ਮਜ਼ਾਕ ਕਰਦੇ ਆ, ਤੁਸੀਂ ਅੰਬ ਲੈਣਾ ਆ ਬਿੰਗੀ ਜੀ। ਇਹ ਸਹੀ ਬੋਲਦਾ, ਇਹ ਤਾਂ ਬਾਵੇ ਤੋਂ ਵੀ ਟੱਪਿਆ ਖੜਾ ਹੋਏ, ਤੇਰਾ ਪਤਾ ਨਹੀਂ ਜਨਤਾ ਆਖਦੀ ਇਹਨੂੰ ਰੋਸਟ ਕਰੋ। ਬਿੰਗੀ ਜੀ ਚੱਲ 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 ਸਾਫ਼ ਹੋ ਗਈ, ਚੱਲ ਕੱਲ੍ਹ ਸਵੇਰੇ ਫਿਰ ਸਾਫ਼ ਕਰ ਦੀ ਚੱਲ। ਜਦੋਂ ਧੋਏ ਤਾਂ ਤੇਰਾ ਦੋ ਸਾਲਾਂ ਬਾਅਦ ਹੈ, ਗੱਲਾਂ ਮਾਰਦੀ ਆ। ਚਲੋ ਤੇ ਬਾਕੀ ਪਤਾ ਜੀ ਕੀ ਹਾਲ ਚਾਲ ਆ, ਜਦੋਂ ਲੋਕ ਸਟਾਰਟ ਕੀਤਾ ਹੈ ਯਾਦ ਆਈਏ ਪ੍ਰਧਾਨ ਨਾ ਇਧਰੋਂ ਕੇ ਬੜਾਇਆ ਨਹੀਂ ਸਜਿਆ ਕਿ 29 ਫੈਬ ਤੇ ਹੁਣ ਪੜਾ 30 ਫੈਬ ਜਦੋਂ ਆਉਣੀ ਹੁੰਦੀ 5 ਸਾਲ ਬਾਅਦ। ਚੱਲ ਤੂੰ ਆਈਲੈਟਸ ਕਰ ਪਹਿਲਾਂ ਭਾਜੀ, ਕਿ ਮੈਂ ਪਵਣੇ ਸੱਚ ਪਵਣਾ ਨਾ ਇਹ, ਹਾਂ ਪਵਣੇ ਤੂੰ ਆਈਲੈਟਸ ਕਰ, 4 ਸਾਲਾਂ ਬਾਅਦ ਆਉਂਦੀ 29 ਫੈਬ, 5 ਸਾਲਾਂ ਬਾਅਦ ਨਹੀਂ ਆਉਂਦੀ। ਉਪਰਾਵਾ ਗੁਰਲਾਲ ਭਾਵੇ ਨੂੰ ਜਾਣਦਾ? ਬਸ ਉਹ ਬਾਵੇ ਦਾ ਪਿੱਛੇ ਰੋਮਾਂਚਿਕ ਪਾਇਆ ਜਨਤਾ, ਕਹਿੰਦੀ ਭਾਜੀ ਇਹਨੇ ਆਪ ਹੀ ਕੀਤੀ ਰਿਕਾਰਡਿੰਗ, ਫਿਰ ਮੈਨੂੰ ਵੀ ਸ਼ੱਕ ਹੋਣ ਲੱਗ ਗਿਆ ਇਹਦੇ 'ਤੇ। ਮੈਂ ਕਿਹਾ ਨਹੀਂ ਇਹ ਇੰਨਾ ਵੀ ਸਿਆਣਾ ਨਹੀਂ ਹੋ ਸਕਦਾ ਕੋਈ ਇਹਨੂੰ ਧਮਕੀ ਦੇਵੇ, ਇਹ ਕਮਲਾ ਜਾਂ ਕੰਟਰ ਲਈ ਕੁਛ ਵੀ ਕਰ ਸਕਦਾ। ਸਹੀ ਤੇਰਾ ਰੋਮਾਂਚਿਕ ਲੋਕ ਚਾਹੁੰਦੇ। ਅੱਛਾ 29 ਫੈਬਰੀ 5, ਤੁਹਾਡੇ 5 ਸਾਲਾਂ ਬਾਅਦ ਆਉਂਦੀ ਹੋਵੇ ਕੀ ਪਤਾ, ਕਿੱਥੋਂ ਦਾ ਇਹ? ਫੈਬਰੀ ਦੇ ਮਹੀਨੇ ਇੱਕ ਵਾਰੀ ਸਾਡੇ ਵਿਆਹ ਨੂੰ ਆਈ ਸੀਗੀ 30 ਤਰੀਕ, ਵਿਆਹ ਤੋਂ ਬਾਅਦ ਦੂਜੀ ਵਾਰੀ ਆਈ ਆ ਸਾਡੇ। ਹਾਂ ਵਿਆਹ ਤੋਂ ਪਹਿਲੀ ਵਾਰੀ, ਮੈਨੂੰ ਐਂ ਨਹੀਂ ਪਤਾ ਸੀ 5 ਸਾਲ ਹੋ ਗਏ ਸਾਡੇ ਵਿਆਹ ਨੂੰ ਕਿ 4 ਹੋ ਗਏ। ਸਹੀ ਹੈ ਤੇ ਬਾਕੀ ਹੁਣ ਕਾਹਦੇ ਟੁਰੂ ਲਾ ਯਾਰ ਤੁਹਾਡੇ ਅੱਜ ਚੱਲੇ, ਇਹ ਜਿਹੜੇ ਪਿਆਰ ਹਨ ਸਿਰਫ ਇਹ ਵਲੋਗਾਂ 'ਚ ਹੀ ਰਹਿ ਗਏ ਆ ਮੈਂ ਵੇਖੇ ਆ। ਇੱਕ ਹੋਰ ਗੱਲ ਦੱਸਾਂ, ਇਹ ਸੁਨੇਹਾ ਦੇ ਮਿੱਤਰ ਆ। ਸੁਨੇਹਾ ਯੂਅਰ ਫਰੈਂਡਸ ਲਾਈਕ ਗੁਰਲਾਲ ਬਾਵਾ, ਉਹ ਗੁਰਲਾਲ ਬਾਵਾ ਵੀ ਸੁਨੇਹਾ ਦਾ ਫਰੈਂਡ ਆ, ਸੁਣਿਆ ਸੀ ਮੈਂ ਕਿਸੇ ਕੋਲੋਂ। ਸ਼ਹਿਰ ਨੂੰ, ਸ਼ਹਿਰ ਬਹੁਤ ਕੰਮ ਆ, 2-4 ਉਹ ਨਿਬੇੜ ਕੇ ਤੇ ਫਿਰ ਦੇਖ ਲਈਏ ਕੀ ਬਣਦਾ। ਰਸਤੇ ਚ ਇੱਧਰ ਭਲਾਈ ਯੋਜਨਾ ਵੀ ਚੱਲਦੀ ਆ, ਰਸਤੇ ਜਿੱਥੇ ਟੱਕਰ ਜਾਂਦੇ ਉੱਥੇ ਪੈੜਾ ਗਰੀ ਸ਼ੁਰੂ ਹੋ ਜਾਂਦੀ ਪਾਣੀ। ਚਲੋ ਮਜਨੂੰ ਰਹਿ ਗਿਆ ਬੇਚਾਰਾ, ਚੱਲੀਏ ਹੁਣ। ਇਹ ਤਾਂ ਨੰਗੇ ਪਰ ਪਾਠਕ ਭਰਾ ਕਹਿੰਦਾ ਮੈਂ ਗਿਫਟ ਦੇ ਕੇ ਹੀ ਜਾਣਾ। ਥੈਂਕ ਯੂ ਮੇਰਾ ਭਰਾ, ਖੋਲਣਾ ਚੱਲ ਸਹੀ ਆ, ਓਕੇ ਬਾਏ। ਕੀ ਜਾਣਿਆ ਨੇ ਕਮੈਂਟ ਕਰਨੇ ਆ, ਤੁਸੀਂ ਇਹ ਕਿੱਥੋਂ ਬਣਵਾਏ ਸੀ? ਓਏ ਦੂਸਰਾ ਲੁਕੋ ਲਿਆ, ਦੱਬ ਲਿਆ, ਕਾਫੀ ਵਾਲੇ ਨੇ ਪੁੱਛਣਾ ਕਿੱਥੋਂ ਬਣਵਾਏ ਸੀ, ਕਿੱਦਾਂ ਬਣਾਏ ਸੀ। ਸੋ ਇਹ ਸੀਗੇ ਨਾਰੰਗ ਭਾਜੀ ਨੇ ਬਣਾਏ, ਬਾਕੀ ਤੁਹਾਨੂੰ ਪਤਾ ਨਾਰੰਗ ਭਾਜੀ ਨੇ ਬਣਾਏ ਸੀ। ਨਾਰੰਗ ਭਾਜੀ ਨੇ ਲੈਸ ਲਾਤਾ, ਸਿਰਫ ਜਿਹੜਾ ਸੋਨਾ ਜਿਹੜਾ ਰੇਟ ਆ ਉਹ ਪੈਸੇ ਲਏ ਆ, ਜਿਹੜੀ ਬਣਾਈ ਆ ਉਹ ਕੈਂਸਲ ਕਰਤੀ ਕਿਉਂਕਿ ਅਸੀਂ ਪ੍ਰਮੋਸ਼ਨ ਕਰਤੀ ਹੈ। ਰੀਲਾਂ ਵਾਲੇ ਬੜੇ ਵੇਖੇ ਆ ਵੈਸੇ ਮੈਂ, ਇਹ ਨਹੀਂ ਇਹ ਤਾਂ ਚਲੋ ਫਿਰ ਵੀ ਬੋਲੋ, ਕਈ ਰੀਲਾਂ 'ਤੇ ਜਿਹੜਾ ਸਿਰਫ ਜੈਕਟ ਫਰੋਮ ਦਿਸ, ਬਨੈਨ ਫਰੋਮ ਦਿਸ, ਅੰਡਰਵੀਅਰ ਫਰੋਮ ਦਿਸ, ਆਹ ਲਿਮੋ ਜਿਹੜੀਆਂ ਖੜੀਆਂ ਪਿੱਛੇ ਇਹ ਇਹਨਾਂ ਦੀਆਂ, ਲਹਿੰਗਾ ਇਹਨਾਂ ਦਾ, ਜਵੈਲਰੀ ਇਹਨਾਂ ਦੀ ਹੈ ਅਤੇ ਮੇਕਅਪ ਇਹਨਾਂ ਦਾ।
ਉਹ ਬੇੜਾ ਗਰਕ ਤੁਹਾਡਾ ਇੱਕੋ ਰੀਲ ਦਿਖਾਏ ਵਿੱਚ 36 ਪ੍ਰਮੋਸ਼ਨਾਂ ਕਰ ਦਿੰਦੇ ਆ, ਸਾਨੂੰ ਮਿਲਦੀਆਂ ਉਹ ਜਦੋਂ ਕਰਨੀਆਂ 500 ਚ ਆਪੇ ਹੀ ਮਿਲਣਗੀਆਂ। ਇਹ ਬਸ ਆਈ ਬਣਾਉਂਦਾ ਰਹਿੰਦਾ ਵਲੋਗ, ਆ ਗਿਆ ਚੱਲ ਜੇ, ਇਹ ਵੀ ਘਰ ਵਾਲੀ ਦੇ ਜਿਹੜੇ ਕੰਮ ਸਾਰੇ ਵਿਖਾਉਂਦਾ, ਚਲੋ ਜੀ ਚੁੰਨੀ ਲੈ ਆਈਏ, ਸੋਨੇ ਲੈ ਆਈਏ, ਉਹ ਲੈ ਆਈਏ, ਉਹ ਲੈ ਆਈਏ, ਗਿਫਟ ਕਿੱਥੇ ਓਪਨ ਯਾਰ ਭਾਜੀ ਨੇ ਬਣਾਉਣਾ ਸਾਰਾ ਕੁਛ, ਜਿਹੜਾ ਗੋਲਡ ਦੀ ਕੋਈ ਵੀ ਚੀਜ਼ ਆ ਹੋਰ ਬਾਹਰੋਂ ਤੁਸੀਂ ਲੈਣ ਨਹੀਂ ਚਾਹੀਦੀ ਕਿਤੇ, ਸੋ ਤਾਂ ਕਰਕੇ ਬਹੁਤ ਪਸੰਦ ਆਇਆ। ਸੋ ਬਾਕੀ ਵੀ ਸਾਰਿਆਂ ਨੂੰ ਦੱਸਿਓ ਕਿੱਦਾਂ ਦੇ ਲੱਗੇ, ਤੇ ਜੇ ਕਿਸੇ ਨੇ ਵੀ ਇਦਾਂ ਦੇ ਬਣਾਉਣੇ ਆ ਤਾਂ ਤੁਸੀਂ ਬਣਵਾ ਸਕਦੇ ਇੱਥੇ ਭਾਜੀ ਹੋਣਾ ਕੋਈ ਡਿਜ਼ਾਈਨ। ਆਹ ਕਿਵੇਂ ਮੁੰਦੀਆਂ ਪਾਈ ਖੜੇ ਇੰਨੀਆਂ, ਤੁਹਾਡੇ ਲੁੱਟਾ ਖੋਈਆਂ ਵਾਲਾ ਜਵਾਜ ਨਹੀਂ ਗਾ, ਇਹਨੂੰ ਸਾਡੇ ਵਾਲੇ ਪਾਸੇ ਭੇਜੀਏ ਇੱਕ ਦਿਨ ਘੁੰਮਣ ਫਿਰਨ ਵਾਸਤੇ, ਉਹ ਤਾਂ ਹਾਥੀ ਲਾ ਕੇ ਲੈ ਲੈਂਦੇ ਆ। ਸਹੀ ਗੱਲ ਹੈ, ਬਹੁਤ ਲੁੱਟਾਂ ਖੋਈਆਂ, ਇੰਨਾ ਸੋਨਾ ਵੈਸੇ ਪਾਉਣਾ ਨਹੀਂ ਚਾਹੀਦਾ ਪੰਜਾਬ 'ਚ ਤਾਂ ਸਪੈਸ਼ਲੀ, ਪੰਜਾਬ ਨੂੰ ਮਾੜਾ ਨਹੀਂ ਆਖਦਾ ਪਰ ਕੀ ਕਰੀਏ ਜਦੋਂ ਮਾਹੌਲ ਹੀ ਮਾੜਾ। ਚਲੋ ਅਗਲੇ ਨੇ ਜਾਣਾ ਬਲੀਰੋ 'ਚ ਤਾਂ ਉਤਰਨਾ ਬਲੇਰੋ 'ਚ, ਉਤਰਨਾ ਕਦੋਂ ਜਦੋਂ ਪੈਡੀਗਰੀ ਪਾਉਣੀ ਆ, ਉਦੋਂ ਤਾਂ ਉਤਰਨਾ ਜੀ। ਮਿਲਦੀ ਆ ਮੇਰੇ ਕਾਫੀ ਵਾਲਾ ਪਤਾ ਨਹੀਂ ਕਿੱਧਰ ਚਲੇ ਗਿਆ ਕੱਪ ਵਾਪਸ ਮੁੜ ਕੇ ਲੈ ਕੇ ਚੱਲਣੀ ਸੀ, ਸੋ ਨਾਲ ਬਿਸਕੁਟ ਹੀ ਮਿਲਦੇ ਆ, ਉਹ ਸਾਹਮਣੇ ਇੱਕ ਪਕੌੜਿਆਂ ਦੇ ਕਹਿੰਦੇ ਉਹਦੇ ਪਕੌੜੇ ਹੀ ਮਿਲਦੇ ਆ, ਖਾ ਕੇ ਜਾਇਆ ਕਰੋ, ਆ ਕੇ ਭਾਜੀ ਨੂੰ ਕਿਹਾ ਕਰੋ ਉਹ ਕਹਿੰਦਾ ਸਾਨੂੰ ਪਕੌੜੇ ਵੀ ਖਿਲਾਓ ਸਾਨੂੰ ਬਿਸਕੁਟ ਵੀ ਖਿਲਾਓ, ਫੇਰ ਤੂੰ ਜਾਣਾ ਸੀ ਏਦਾਂ ਆ ਜਿਹੜੇ ਆਪਣੇ ਆਉਂਦੇ ਹੁੰਦੇ ਸਪੈਸ਼ਲ ਦੇਖ ਕੇ। ਚਲੋ ਬਾਕੀ ਥੈਂਕ ਯੂ ਸੋ ਮੱਚ ਭਾਜੀ, ਬਹੁਤ ਬਹੁਤ ਸੋਹਣਾ ਲੱਗਾ ਗਿਫਟ ਨੂੰ ਸੱਚੀ ਮੈਨੂੰ ਲੱਗਿਆ, ਮੈਨੂੰ ਕੀ ਕਹਿੰਦੇ ਸੀਗੇ ਕਿੰਨੇ ਦਾ, 18,000 ਦਾ, ਮੈਂ ਕਿਹਾ 18,000 ਦਾ ਤੇਲੇ ਗਿਫਟ, ਬਹੁਤ ਸੋਹਣਾ ਲੱਗਾ ਭਾਜੀ ਗਿਫਟ, ਭਾਜੀ ਨੇ ਪੈਸੇ ਲੈਣੇ ਆ ਇਹਦੇ ਸੋਨੇ ਦੇ, ਗਿਫਟ ਨਹੀਂ ਦਿੱਤਾ ਗਾ, ਗਿਫਟ ਤੇਰੇ ਵੱਲੋਂ ਹੋ ਸਕਦਾ, ਐਨਵਰਸਰੀ ਸੀ ਤੇਰੀ, ਅੱਛਾ ਐਨਵਰਸਰੀ ਗਿਫਟ, ਚਲੋ ਠੀਕ ਆ ਭਰਾਵਾ, ਹੈ ਤਾਂ ਗੁਰਲਾਲ ਬਾਵੇ ਵਰਗਾ ਹੀ, ਉਮਰੋਂ ਵੱਡਾ ਵੈਸੇ ਕਾਫੀ, ਦੋਨੇ ਹੀ ਵੱਡੇ ਆ। ਬਣਾਉਣਾ ਐਤਕੀ ਸਪੈਸ਼ਲ, ਮੈਂ ਕੁਛ ਵੀ ਨਹੀਂ ਕਿਹਾ, ਮੈਂ ਉਹ ਵੀ ਨਹੀਂ ਲੈਣਾ ਨਹੀਂ ਸੀਗਾ, ਮੈਂ ਇਸ ਵਾਰ ਦੇ ਓਹੋ ਚਲੋ ਕੋਈ ਚੱਕਰ ਨਹੀਂ, ਕਿਵੇਂ ਲੈਣਾ ਸੀਗਾ, ਮੈਂ ਗਿਫਟ ਦਿੱਤਾ ਮੋੜ ਕੇ ਫੇਰ ਮੈਂ ਲੈ ਲਿਆ, ਫੇਰ ਫਾਇਦਾ ਹੀ ਨਹੀਂ ਹੈਗਾ, ਓਹੋ ਸਿਆਣੀ ਹੋ ਗਈ ਨਾ, ਸਹੀ ਗੱਲ ਆ, ਦੇਖ ਲਓ ਇਦਾਂ ਆ ਕਦੇ ਕਦੇ ਸਿਆਣੀਆਂ ਗੱਲਾਂ ਬਹੁਤ ਕਰ ਦਿੰਦੀ ਆ। ਲੋਕਾਂ ਨੂੰ ਪੁੱਛੀ ਜਾਂਦਾ ਤੇਰੀ ਘਰ ਵਾਲੀ ਭਰਾਵਾ ਤੈਨੂੰ ਪਤਾ ਹੋਊਗਾ ਸਿਆਣੀ ਹੋਈ ਕਿ ਨਹੀਂ ਹੋਈ, ਲੱਟਾਂ ਸਿੱਟ ਇਹਦੇ ਕੋਲੇ ਵੀ ਉਹੀ ਕੰਘਾ ਟੁੱਟੀ ਡੰਡੀ ਵਾਲਾ, ਸਾਰੇ ਵਾਲ ਵਾ ਦਿੰਦਾ ਇੱਕ ਲੱਟ ਬਾਹਰ ਸਿੱਟ ਦਿੰਦਾ ਬਸ। ਚਲੋ ਚਲ ਖਾ ਤੂੰ ਬਿਸਕੁਟ ਖਾ ਤੂੰ, ਇਹ ਗੱਲਾਂ ਤੇਰੇ ਬਣੀਆਂ ਤੂੰ ਕਾਹਦੇ ਕਰੀ ਜਾਂਦੀ ਆ, ਚਲੋ ਠੀਕ ਆ ਤੇ ਥੈਂਕ ਯੂ ਸੋ ਮਚ ਭਾਜੀ, ਤੁਹਾਡਾ ਵੀ ਬਹੁਤ ਬਹੁਤ, ਚਲੋ ਚਲੋ ਬਾਕੀ ਕਰਦੇ ਹੋ ਬਲੌਗ ਭਰਾਵਾ, ਇਹ ਕੀ ਅੰਬਾਨੀ ਦੀ ਵੈਡਿੰਗ 'ਤੇ ਸੱਦਿਆ ਸੀ, ਇੰਨਾ ਥੈਂਕ ਯੂ, ਨਾਲੇ ਪੈਸੇ ਦੇ ਕੇ ਥੈਂਕ ਯੂ ਕੀਤਾ, ਉਹਨੂੰ ਥੈਂਕ ਯੂ ਕਰਨਾ ਚਾਹੀਦਾ ਭਾਜੀ ਨੂੰ ਵੀ ਤੂੰ ਸਾਡੀ ਪ੍ਰਮੋਸ਼ਨ ਕੀਤੀ, ਭਾਜੀ ਕਹਿੰਦਾ ਜਾ ਭਰਾਵਾ ਇਹੋ ਜਿਹੇ ਖਾ ਬਿਸਕੁਟ ਦਸਾਂ ਵਾਲੇ ਕੋਕੋਨਟ, ਜਾ ਜਲਦੀ ਜਾ, ਹੋਰ ਵੀ ਆਉਣਾ ਕਿਸੇ ਨੇ ਇੱਥੇ, ਦੱਸ ਇਹ ਇਹੋ ਜਿਹੇ ਵਲੋਗ ਬਣਾਉਂਦਾ ਮੈਨੂੰ ਕਮੈਂਟਾਂ 'ਚ ਦੱਸਿਓ, ਮੈਂ ਨਹੀਂ ਕਦੇ ਵੇਖਿਆ ਇਹ। ਹਾਂਜੀ ਪ੍ਰਧਾਨ ਮੋਦੀ ਸਾਹਿਬ, ਚਲੋ ਹੁਣ ਬੁਟੀਕ ਆਏ ਹੋਏ ਆ, ਮੈਂ ਚੱਲਾਂ ਮਾੜਾ ਜਿਹਾ ਡਿੱਗ ਗਿਆ ਮਰਸੀ ਵਾਲਾ ਜਿਹੜਾ ਟੈਗ ਜਿਹਾ ਪਵਾਇਆ ਫਿਰ ਉਹ ਮੋਹਰੇ ਭਾਜੀ ਕੋਲ ਪੁੱਛ ਕੇ ਆਉਣਾ ਜੀ, ਮਿਲ ਗਿਆ ਓਏ ਚੱਲ, ਇਹ ਮੋਹਰੇ ਆਏ ਖੜ ਗਿਆ ਇੱਕ ਤਨ, ਇੱਧਰ ਆ ਜਾ ਚਲ ਆ ਚਲੀਏ ਆ ਚਲੀਏ, ਕੱਲ ਦਾ ਕੁੱਤੇ ਨੇ ਲੜ ਕੇ ਹੋਇਆ, ਮੈਨੂੰ ਪਤਾ ਲੱਗਾ ਤੇਰੇ ਡੰਡੇ ਬਹੁਤ ਮਾਰੇ ਭਰਾਵਾ, ਮੈਨੂੰ ਪਤਾ ਲੱਗਾ ਬਾਹਰੋਂ ਕਹਿੰਦੇ ਕੁੱਟਿਆ, ਸਾਨੂੰ ਸੱਚੀ ਦੱਸਿਆ ਮਜ਼ਾਕ ਨਹੀਂ ਕਰਦਾ, ਕਹਿੰਦੇ ਮਾਰੀ ਗਈ ਮੰਮੀ ਤੇਰੀ ਕਪਤਾਨ, ਆਂਟੀ ਤਾਂ ਛੰਗਾ ਲਾ ਦਿੰਦੀ ਹੋਣੀ ਫਿਰ, ਅੱਛਾ ਸ਼ਾਮ ਵੀ ਹੋ ਗਈ ਲੱਗੇ ਬਣਾਉਣ, ਕੀ ਬਣਾਉਣ ਲੱਗੇ, ਅੱਜ ਮੰਮੀ ਕਪਤਾਨ ਨੇ ਲਾਂਬਾ ਖੱਟ ਲਿਆ ਹੈ ਮਗਰ, ਓਹੋ ਹੁਣ ਅਸੀਂ ਆਹ ਪਨੀਰ ਬਣਾਇਆ ਸੀ ਕੱਲ, ਇਹ ਪਤਾ ਨਹੀਂ ਕਾਹਤੇ ਏਦਾਂ ਦਾ ਬਣਿਆ ਆਹ ਟੁਕੜੀਆਂ ਵਾਲਾ, ਯਾਰ ਇਹਨੂੰ ਸਹੀ 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 ਜਿੰਨੇ ਵੀ ਜਨਤਾ ਵੇਖਦੀ ਪਈ ਮੈਨੂੰ ਸਹੀ ਦੱਸੇ ਵਲੋਗ ਹੁੰਦੇ ਆ, ਮੈਂ ਤਾਂ ਨਹੀਂ ਆਖ ਮੰਨਦਾ ਇਹ ਚੀਜ਼ਾਂ ਨੂੰ ਵਲੋਗ, ਵਲੋਗ ਤਾਂ ਉਹ ਹੁੰਦੇ ਆ ਆਪਦੀ ਜ਼ਿੰਦਗੀ 'ਚ ਸਾਰੇ ਦਿਨ 'ਚ 10 ਮਿੰਟ ਵਧੀਆ ਵਧੀਆ ਕੱਢਣੇ, ਆਪਦੇ ਘਰ ਦਾ ਸਾਰਾ ਕੁਛ ਹੀ ਦੱਸ ਦੇ ਉਹਨਾਂ ਨੂੰ, ਮੇਰੇ ਹਿਸਾਬ ਨਾਲ ਤਾਂ ਆਪਾਂ ਵਲੋਗ ਨਹੀਂ ਆਖਦੇ, ਪਨੀਰ ਕੱਢਿਆ ਸੀ ਕਪਤਾਨ ਦੇ ਛਿੱਤਰ ਪੈ ਗਏ ਸੀ, ਆਹ ਕੜੇ ਬਣਾਏ ਸੀ, ਚੋਰ ਐਂ ਵੇਖਦੇ ਨੇ ਉਹ ਇਹਦੀ ਘਰ ਵਾਲੀ ਨੇ ਕੜੇ ਬਣਾ ਲਏ, ਉਹ ਚੱਲੀਏ ਓਏ ਓਏ, ਪਰ ਲੁੱਟਾਂਗੇ ਕਿਵੇਂ, ਕੁੱਤਾ ਪਾਉਣਾ ਪੈਣਾ ਮੋੜ 'ਤੇ, ਉਹ ਕਿਵੇਂ, ਇਹ ਪੈਡਾਗਰੀ ਪਾਉਣ ਉਤਰੂਗੀ ਨਾਲੇ ਲਾ ਲੈਣੇ, ਆਹ ਕੀ ਚੱਕਰ ਆ, ਪਾਇਆ ਨੀ ਜੋ ਤੁਸੀਂ ਪਾਉਣੇ ਹੁੰਦੇ, ਨਾਲੇ ਐਕਸਟੈਂਸ਼ਨਾਂ ਵਿਖਾਈ ਜਾਂਦੀ ਨਾਲੇ ਮੁੰਦਰੀਆਂ, ਜੋ ਤੁਸੀਂ ਪਾਉਣੇ ਹੁੰਦੇ ਕੀ ਨੀ ਪਾਉਂਦੇ ਹੁੰਦੇ ਦੱਸੀ, ਇਹ ਤਾਂ ਬਹੁਤ ਚਲਾ ਗਿਆ ਸੁਨੇਹਾ ਦੀ ਉਹ ਭੈਣੀ ਨਿਕਲੀ, ਉਹ ਕਾਤੇ ਕੋਕੂ ਕਰਦਾ ਉਹਨੂੰ ਦੇਖ ਕੇ, ਉਹਨੂੰ ਪੈਂਦਾ ਕਰਕੇ ਉਹਨੇ ਵੱਡਿਆ,
चलो चलो पनीर भुर्जी रेडी हो गई। चलो किने की मम्मी ने? वैसे जो पनीर सी ना भुरी जांदा सी, ओदियां टुकड़ियां नहीं कट, असि ते करछी ला सकते हैं, टाइम नहीं हुंदा ना। भुर्जी बना सोहनी बनी सोहनी नूं। आए रब मेरे, इहनां नूं बस नहीं खत्म हो गई। चलो हेलो ਉਜੀ ਲੱਗੀਆਂ ਪਕੌੜਿਆਂ ਦੇ ਵਾਲੇ ਪੈ ਰਹੇ ਨੇ ਹੁਣ, ਜੇ ਬਚੇ ਗਿਆ ਮਾੜਾ ਮੋਟਾ। ਕੋਈ ਸਾਰਾ ਦਿਨ ਹੀ ਆਏ ਫਿਰ ਮਗਰ ਮਗਰ ਫਿਰਦੇ ਰਹਿੰਦਾ ਆਪਦੀ ਘਰ ਦੇ ਕੈਮਰਾ ਲੈ ਕੇ, ਇਹ ਜੋ ਕੁਛ ਖਾਂਦੀ ਹੈ ਕਿੱਥੇ ਜਾਂਦੀ ਹੈ ਸਾਰੀ ਵੀਡੀਓ ਬਣਾਉਂਦਾ ਰਹਿੰਦਾ, ਇਹ ਆਪ ਤਾਂ ਦਿਸਦਾ ਨਹੀਂ। ਹਾਂਜੀ ਪ੍ਰਧਾਨ ਕਰਦਾ, ਬਾਅਦ ਚੋਂ ਕਰਦਾ ਸਬਸਕ੍ਰਾਈਬ ਕਰ ਦਿਓ, ਬਸ ਆਈ ਬੋਲਦਾ। ਸਾਰੇ ਵਲੋਗਰਾਂ ਦਾ ਇਹ ਹਿਸਾਬ ਕਿਉਂ ਆ ਯਾਰ? ਉਹ ਵੇਖੋ ਫਿਰ ਉਹਦੀ ਐਗਜ਼ਾਮਪਲ ਕੀ ਦੇਵਾਂ ਹੁਣ ਮੈਂ। ਪੰਜਾਬੀ ਟਰੈਵਲ ਕਪਲ ਅੱਜ ਮਿੱਤਰੋ ਆਏ ਹੋਏ ਹਾਂ ਆਪਾਂ, ਸੋ ਚਲੋ ਚੱਲੀਏ ਘੁੰਮਣ। ਦੇਖ ਲਿਆ ਸੀ ਭਰਾਵਾ, ਕੜੀ ਹੈਗੀ ਮੇਰੀ ਫੇਵਰੇਟ, ਸੋ ਤਾਂ ਕੜੀ ਵੀ ਫੇਵਰੇਟ, ਪਨੀਰ ਵੀ ਫੇਵਰੇਟ। ਠੱਕ ਠੱਕ ਇਸ ਹਿਸਾਬ ਨਾਲ ਤਾਂ ਬਾਟੀਆਂ ਚੋਂ ਹੀ ਚੀਬੇ ਪੈ ਜਾਂਦੇ ਹੋਣੇ ਤੁਹਾਡੇ। ਫੇਰ ਆਖਦੇ ਨੇ ਯਾਰ ਧਰੀ ਤਾਂ ਸੀ, ਭਾਵ ਕਿੱਥੋਂ ਨਿਕਲੀ ਜਾਂਦੀ ਹੈ ਉਹ ਇੰਨਾ ਖੜਕਾ, ਤੇਰਾ ਭਲਾ ਹੋ ਜੇ। ਸਾਡਾ ਤਾਂ ਜੀ ਖੁੱਲ੍ਹਾ ਹੀ ਆ ਮਾਹੌਲ, ਅੱਜ ਹੀ ਇਸ ਤਰ੍ਹਾਂ ਕੜਾਈ ਧਰੀ ਆ ਧਰੀ ਆ, ਨਹੀਂ ਤਾਂ ਸਾਡੇ ਤਾਂ ਭੱਠੀ ਲੱਗੀ ਹੁੰਦੀ ਆ। ਪਾਵਣਾ ਬਾਲਾ ਖਾਂਦਾ, ਰੋਟੀ ਤਾਂ ਖਾਂਦਾ ਹੀ ਨਹੀਂ। ਇਹਨੂੰ ਵਲੌਗ ਆਖਦੇ ਆ? ਇਹ ਤਾਂ ਬਾਬੇ ਦਾ ਜ਼ਿਆਦਾ ਹੋਰ ਬੰਦਾ ਟੋਰਾਂਟੋ। ਮੇਰੀ ਗੱਲ ਸੁਣ, ਇਹ ਬੰਦੇ ਨੇ ਨਾ ਘੁੰਮਣ ਘੁੰਮਣ ਦਾ ਰੌਲਾ ਪਾਇਆ ਪਿਆ ਸੀ, ਘੁੰਮਣ ਜਾਣਾ ਘੁੰਮਣ ਜਾਣਾ। ਅਸੀਂ ਚੰਡੀਗੜ੍ਹ ਤੋਂ ਬਾਹਰ ਨਿਕਲੇ, ਗੱਡੀ ਸੁੱਤੀ ਆਈ ਪੂਰੀ ਵਾਰ, ਮਤਲਬ ਕਿ ਮੈਂ ਨਾ ਡਰਾਈਵਰ ਗਿਆ ਤੇਰੇ, ਫਿਰ ਸੌਣ ਮੈਂ ਤੈਨੂੰ ਕੀ ਕਹਿਣਾ ਸੀਗਾ, ਫਿਰ ਕਹਿਣਾ ਕੀ ਤੈਨੂੰ ਮੈਂ? ਪਹਿਲਾਂ ਮੇਰੀ ਗੱਲ ਜਵਾਬ ਦੇ, ਮੈਂ ਤੇਰੇ ਕੋਲ ਡਰਾਈਵਰ ਗਿਆ ਸੀ, ਹਾਂ ਘੁੰਮ ਫਿਰ ਲਿਆ, ਮੁੜ ਕੇ ਆਰਾਮ ਨਾਲ ਸੌ ਜੀ, ਮੈਂ ਆਪ ਤੈਨੂੰ ਲਿਆਉਂਗਾ ਪਿੰਡ। ਤੂੰ ਮੈਨੂੰ ਕਿਹਾ ਨਹੀਂ ਸੌ ਜਾ, ਤੂੰ ਪੁੱਛਿਆ ਕਹਿੰਦੀ ਮੈਂ ਸੌ ਜਾ, ਮੈਂ ਕਿਹਾ ਸੌ ਜਾ ਹੋਰ ਕਰਨਾ ਹੁਣ ਤੈਨੂੰ, ਕੀ ਲਿਆ ਇੱਥੋਂ? ਚੱਲ ਨਹੀਂ ਤੇਰੇ ਨਾਲ ਘੁੰਮਣ ਗਈ ਹੈ, ਤੇਰੇ ਨਾਲ ਹੀ ਸ਼ੋਪਿੰਗ ਕੀਤੀ ਹੋਣੀ ਹੈ, ਕਾਰ 'ਚ ਬੈਠੀ ਹੋਣੀ ਹੈ, ਸਮਾਨ ਲਿਆ, ਉਹ ਵੀ ਸੀ ਗੱਲ, ਤੂੰ ਪੁੱਛਿਆ ਹੀ ਹੋਣਾ ਕਿੰਨੇ ਲਾਇਆ ਹੀ ਹੈ, ਪਰ ਨਹੀਂ ਵਲੋਗਾਂ 'ਚ ਤਾਂ ਦੱਸਣਾ ਜ਼ਰੂਰੀ ਹੈ ਕੀ ਲਿਆ ਉੱਥੋਂ। ਛਪੋਰਾ, ਅੱਛਾ ਟੋਪਿਕ ਮਿਲ ਗਿਆ, ਚਲੋ ਮੈਂ ਨਾ ਛਪੋਰਾ ਤਾਂ ਤਿੰਨ ਚੀਜ਼ਾਂ ਲਈਆਂ, ਇੱਕ ਵਾਲੀ ਇੱਕ ਵਾਲੀ ਸਫੋਰਾ ਕੀ ਲਈਆਂ, ਛਪੋਰਾ ਆਈਬ੍ਰੋ ਫਿਲਰ ਲਿਆ, ਇੱਕ ਬਲੱਸ਼ ਲਿਆ ਟਿੰਟ, ਹੈ ਨਾ ਉਹ ਬਿਲਕੁਲ ਉੱਦਾਂ ਪਾਣੀ ਵਾਂਗੂ, ਮਤਲਬ ਲਿਕੁਇਡ ਆ ਸਾਰਾ ਹੀ, ਪਾਣੀ ਪਾਣੀ ਵਰਗਾ ਬਿਲਕੁਲ। ਉਹਨੂੰ ਪਤਾ ਹੋਊਗਾ ਜਿਹਨੂੰ ਦੱਸੀ ਜਾਂਦੀ ਹੈ, ਨਹੀਂ ਸੁੱਤੀ ਉੱਠੀ ਸੀ ਮੈਂ, ਜਾ ਕੇ ਮੂੰਹ ਦੇਖਿਆ ਮੇਰਾ ਮੂੰਹ ਲੋ, ਕਦੋਂ ਲਾਇਆ ਸੀ ਸਵੇਰੇ, ਇਹਦੇ ਲਾ ਟਿੰਟ ਬਲੱਸ਼ ਪਿੱਛੇ ਥੋੜਾ ਜਿਹਾ ਭਰੇ, ਆਹ ਕਿੱਦਾਂ ਦੇ ਵਾਲ ਜਨਤਾ ਯਾਰ, ਸਾਈਡ ਚੁਕਾ ਕੇ ਵਾਲ ਖੜੇ ਵੀ ਕਰਾਏ ਮੰਨੀ, ਆਹ ਇੱਥੇ ਇੱਥੇ ਸਿੱਟੀ ਖੜਾ ਹੈਗਾ। ਚਲੋ ਫੈਸ਼ਨ ਕਾ ਜਲਵਾ ਹੀ ਹੈ, ਚਲੋ ਤੇ ਮੈਂ ਹੁਣੇ ਆਇਆ ਕਪਤਾਨ ਨੂੰ ਘੁਮਾ ਕੇ, ਤੇਰੇ ਕਪਤਾਨ ਨੇ ਸਵੇਰੇ ਕੁੱਤਾ ਖਾ ਲਿਆ, ਇੱਕ ਕੁੱਤਾ ਹੀ ਖਾ ਗਿਆ, ਓਏ ਸਾਰੀ ਦਿਨ ਆਈ ਰਹਿੰਦਾ ਘਰੇ, ਘਰ ਲਈ ਦੇ ਵਲੋਗ ਬਣਾ ਲਏ। ਚਲੋ ਇਹ ਤਾਂ ਰੋਸਟ ਵਾਲਾ ਮਟੀਰੀਅਲ ਆ ਵੈਸੇ ਤਾਂ, ਭਾਈ ਤਾਂ ਰੋਸਟ ਹੋਇਆ ਵੀ ਬੜਾ, ਤੁਹਾਨੂੰ ਪਤਾ ਹੀ ਹੈ, ਤਾਂ ਹੀ ਕਹਿੰਦੇ ਵਲੋਗ ਘਰੇ ਨਹੀਂ ਬਣਾਉਣੇ ਚਾਹੀਦੇ, ਕੋਈ ਇੱਧਰ ਉੱਧਰ ਕੁਛ ਨਾ ਕੁਛ ਦਿਸ ਜਾਂਦਾ, ਕੰਮ ਖਰਾਬ ਹੋ ਜਾਂਦਾ ਉਦੋਂ ਫਿਰ। ਇਹ ਖੁੱਲ੍ਹ ਕੇ ਅੱਜ ਬਾਹਰ ਚਲੇ ਗਿਆ, ਮੰਮੀ ਨੇ ਜਾਣਾ ਸੀ ਬੱਬੂ ਨੇ ਉੱਥੇ, ਕਾਗੂ ਜੀ ਉੱਥੇ ਮਾਸੀ ਸਾਡੀ ਦੇ ਪ੍ਰੋਗਰਾਮ ਵੀ ਬੜੇ ਹੁੰਦੇ ਆ, ਉਹ ਚੱਲੇ ਸੀ ਤੇ ਬਾਹਰ ਨਿਕਲ ਗਿਆ, ਕਿੱਦਾਂ? ਚਲ ਤੇਰੇ ਕੁੱਤਾ ਇੱਕ ਖਾ ਲਿਆ, ਤੇ ਕੌਣ ਆ ਗਿਆ ਯਾਰ, ਇੱਕ ਤਾਂ ਘਰੇ ਨਾ ਬੈਲਾਂ ਵਾਲੇ, ਜਨਤਾ ਕਿਹੜਾ ਬਖਸ਼ਤੀ ਹੈ ਹਮਕੋ। ਉਈ ਹੈ ਚਲੋ, ਮਾੜਾ ਮੋਟਾ ਲੱਗਾ ਦੰਦ ਨੂੰ ਮੂੰਹ ਮਾ ਤੇ, ਪਰ ਉਹਨੂੰ ਖੋਲ ਲੱਗੇ ਆਪਣੇ ਕੁੱਟ ਜਿਹੜੇ ਖੋਲਨੇ ਆ, ਹੋਰ ਏਦਾਂ ਆ। ਚਲੋ ਚਲ ਰੋਟੀ ਕਿਹਨੇ ਆਪਣੇ ਖੋਣ ਬਣਨ ਨੂੰ, ਮੰਮੀ ਦਾ ਠੀਕ ਆ, ਮੰਮੀ ਦੀ ਪੱਠੀ ਤੇ ਬਣਾਉਣੀ ਹੋਣੀ ਨਹੀਂ,
चलो किदा डैडी की मन दा बड़ी ठंड है बैठे ही हैं अच्छा है चलो पहला घर वाली नाल व्लॉग पा लिया दो मिनट कुत्ते वालियां गल्लां कर लिया फिर घर वाली नूं जिहड़ा समान लैके आई सी उहदे टॉपिक फिर छेड़ ले हुण पता नहीं कदों गिफ्ट खोलूगा हजे तां 7 मिनट ही होए आ इदू तां बाबा ही वधिया भोर तां दिंदा 5 सालां बाद आउंदी है 29 तरीक ਇਹ ਕਰੂਗਾ ਭਗੋਲ ਦਾ ਬੇੜਾ ਗਰਕ ਨਹੀਂ ਕੁੱਤੇ ਨੂੰ ਪਿਆ ਘਟਿਆ ਬਾਹਰ ਨੀ ਪਤਾ ਨੀ ਕੁੱਤੇ ਨੂੰ ਥੋੜਾ ਬੈਰ ਹੁੰਦਾ ਨਾ ਕੁੱਤੇ ਦਾ ਕੁੱਤੇ ਨੂੰ ਹੋਰ ਡੈਡੀ ਫੇਰ ਠੀਕ ਆ ਘੁੰਮ ਕੇ ਆਇਆ ਨਾ ਨਮਿਤਾ ਜੀ ਮਸਰੀ ਬਣਾ ਕੇ ਆਇਆ ਤਾਂ ਕਰਕੇ ਛੱਡ ਦਿੱਤੀ ਕੱਲ ਪੀਤੀ ਸੀ ਪਰਸੋਂ ਅੱਜ ਵੀ ਨਹੀਂ ਹੈ ਛੱਡਤੀ ਲੈ ਵਧਾਈਆਂ ਹੋ ਗਈਆਂ ਵੀ ਚਲ ਚਲ ਤੁਸੀਂ ਕਦੋਂ ਛੱਡੋਗੇ ਵਲੌਗ ਪਾਣੇ ਜੀਨ ਲਾ ਤਾਏ ਹੋਣਾ ਮੇਰਾ ਚੱਲ ਉੱਧਰ ਕਹਿੰਦੇ ਜਾਣਾ ਤੂੰ ਆਪ ਕਹਿੰਦੀ ਵੀ ਡੈਡੀ ਪੀਆ ਨਾ ਨਾ ਇਸ ਟਾਈਮ ਨਹੀਂ ਡੈਡੀ ਦਿਨੇ ਦਿਨੇ ਜਾਇਆ ਫਿਰ ਤਾਂ ਹੀ ਛੱਡ ਹੋਣੀ ਆ ਪਰਿਵਾਰਕ ਮਾਹੌਲ ਆ ਨਾ ਜਿਹੜਾ ਦਾਰੂ ਪੀਤੀ ਛੀਤੀ ਵਾਲਾ ਲਟਰਮ ਬਟਰਮ ਜੋ ਵੀ ਸਾਰਾ ਨੈੱਟ ਤੇ ਪਾ ਦਿਆ ਕਰਨਾ ਛੱਡਤੀ ਡੈਡੀ ਹਟਦਾ ਨੀ ਡੈਡੀ ਤੇਰਾ ਵਲੌਗ ਪਾਵਾਂ ਇਹ ਤਾਂ ਕੁਛ ਵੀ ਨੀ ਪ੍ਰਾਈਵੇਟ ਇਹਨਾਂ ਦੀ ਜ਼ਿੰਦਗੀ 'ਚ ਵੀ ਏਦਾਂ ਹੋਰ ਆ ਬੁੱਗੇ ਉਦੋਂ ਦਾ ਮੇਰੇ ਬਰਥਡੇ ਦਿੰਦਾ ਪਿਆ ਬੁੱਗੇ ਉਹ ਬੁੱਗੇ ਉਹ ਬੁੱਗੇ ਚਲੋ ਇਹ ਫੁੱਲ ਲੱਗ ਜੂਗੇ ਆਪਾਂ ਹੁਣ ਲਈਏ ਤਾਂ ਕਲਮਾ ਹੈਗੀ ਆ ਇਹਦੇ ਨਾਲ ਗੱਲਾਂ ਮਾਰ ਕੇ ਵੀਡੀਓ ਪਾ ਦਿੰਦੇ ਆ ਵਲੌਗ ਵੀ ਨਹੀਂ ਕਹਿ ਸਕਦੇ ਹਾਂਜੀ ਪ੍ਰਧਾਨ ਤਾਂ ਐਂ ਕੀਤਾ ਸੀ ਜਿਵੇਂ ਸ਼ਿਮਲੇ ਨੂੰ ਟ੍ਰਿਪ ਚੱਲਿਆ ਹੁੰਦਾ ਸੋਲੋ ਟ੍ਰਿਪ ਮਾਰਨ ਲੱਗੇ ਹਾਂਜੀ ਪ੍ਰਧਾਨ ਸੁਭਾਅ ਪ੍ਰਧਾਨ ਸਾਰੇ ਸੁੱਤੇ ਪਏ ਬੋਰ ਹੀ ਕਰੀ ਨਾ ਪ੍ਰਧਾਨਾਂ ਨੂੰ ਇਹ ਐਂ ਕਰਦਾ ਰਹਿੰਦਾ ਅੱਛਾ ਕਿੱਥੇ ਆ ਯਾਰ ਜੋ ਮਰਜ਼ੀ ਬਣ ਡੈਡੀ ਕੋਈ ਨਵੀਂ ਤਾਜ਼ੀ ਹੈਗੀ ਆ ਕਿ ਨਹੀਂ ਕਿੰਨੀਆਂ ਪੜਿਆ ਤੂੰ ਤੇਰੇ ਮੁੱਕਾ ਮਾਰੂ ਤੇਰੇ ਚਾਂਟੇ ਪੈਣਗੇ ਇਹ ਵੀ ਬਾਬੇ ਵਰਗਾ ਹੀ ਹੈ ਕੁੱਟਦੇ ਨੀ ਫੜ ਕੇ ਮੈਂ ਕੁੜੀ ਦੇ ਘਰਦੇ ਨੀ ਵੇਖਦੇ ਵਲੌਗ ਨਹੀਂ ਜੀ ਨਹੀਂ ਸਾਡਾ ਜਵਾਈ ਬਹੁਤ ਸਿਆਣਾ ਸਿਰ ਮੁੱਕੇ ਦੀਆਂ ਗੱਲਾਂ ਕਰਦਾ ਮਾਰ ਨੀ ਸਕਦਾ ਮਾਰਿਆ ਅਸੀਂ ਤਾਂ ਫਿਰ ਵਲੌਗ ਪਾ ਦਾਂਗੇ ਜਵਾਈ ਦਾ ਤੇਰੇ ਮੁੱਕਾ ਮਾਰੂ ਜਦੋਂ ਮਾਰ ਹੀ ਨਹੀਂ ਸਕਦਾ ਫਿਰ ਕਿਆ ਕਹਾ ਤੂੰ ਜਿਹੜੀ ਚੀਜ਼ ਪੋਸੀਬਲ ਹੀ ਨਹੀਂ ਹੁਣ ਤੁਸੀਂ ਬੋਲੋ ਹੀ ਨਾ ਮੁੱਕਾ ਮਾਰੂ ਪਰ ਤਾਂ ਮੇਰੇ ਕੋਲ ਲੈ ਕੇ ਆਈ ਹੈ ਜੋ ਮਰਜ਼ੀ ਜੋ ਲਿਆਂਦਾ ਸੀ ਉਹ ਦੇਖਣਾ ਫਿਰ ਹੋਰ ਚਲੋ ਸਹੀ ਆ ਤੇ ਬਾਕੀ ਕਰਦੇ ਫਿਰ ਵਲੌਗ ਰੋਕ ਕੇ ਘੱਟ ਹੀ ਨਹੀਂ ਮੰਮੀ ਗੁਰਦੁਆਰਾ ਸਾਹਿਬ ਗਏ ਮੰਮੀ ਗੁਰਦੁਆਰੇ ਗਏ ਨਾ ਹੈਲੋ ਮੰਮੀ ਗੁਰਦੁਆਰੇ ਗਏ ਆ ਚਲੋ ਤੇ ਘਰੇ ਹੀ ਆ ਡੈਡੀ ਟੀਵੀ ਦੇਖਦੇ ਆ ਕਿਰਨ ਸਬਜ਼ੀਆਂ ਬਣਾ ਕੇ ਹਟੀ ਆ ਤੇ ਯਾਰ ਹੁਣੀ ਇੱਧਰ ਕਪਤਾਨ ਨੂੰ ਕਮਾ ਬੜਾ ਬਦਰੀ ਵਾਲਾ ਕੰਮ ਕੀਤਾ ਵਰਤਾ ਬਾਕੀ ਸਭ ਸ਼ੁਕਰ ਆ ਤੇਰਾ ਮੂੰਹ ਵਿਖਿਆ ਤੇ ਵਧੀਆ ਰਿਹਾ ਸਾਡਾ ਟ੍ਰਿਪ ਵੀ ਛੋਟਾ ਜਿਹਾ ਟ੍ਰਿਪ ਵੀ ਹੋ ਗਿਆ ਸਾਡਾ ਇੱਕ ਦਿਨ ਦਾ ਘੁੰਮ ਫਿਰ ਵੀ ਹੋ ਗਿਆ ਸੋ ਆ ਲੈ ਆ ਯਾਰ ਕੁਛ ਨਹੀਂ ਵਲੌਗ ਲੈ ਜਾ ਇਹਨਾਂ ਦੇ ਯਾਰ ਉਹਨੇ ਵੀ ਕਹਿਣਾ ਭਾਜੀ ਮੈਂ ਰੇਟ ਕੀ ਲਾਵਾਂ ਇਹਦਾ ਗਰਦੀ ਵਧੀਆ ਇਹ ਹੋਰ ਬੰਦਾ ਆਇਆ ਅੱਜ ਇਹ ਤਾਂ ਬਹੁਤ ਬੋਰ ਕਰਦਾ ਯਾਰ ਅੱਜ ਆਉਂਦੇ ਆ ਸੁਖਰਾ ਲੀਕ ਵੀ ਜਾ ਕੇ ਆ ਗਏ ਹਨਾ ਵਧੀਆ ਜੀ ਦੀਦੀ ਰਿੰਗ ਫਰੋਮ ਦੀਦੀ ਕੜਾ ਫਰੋਮ ਮੈਨੂੰ ਜਨਤਾ ਪੁੱਛੀ ਜਾਂਦੇ ਭਾਜੀ ਚਾਦਰ ਫਰੋਮ ਦੱਸ ਭਾਜੀ ਪੜਦੇ ਫਰੋਮ ਲੈ ਮੇਰੇ ਨਾਲ ਵੀ ਹੁਣ ਜਨਤਾ ਮਜ਼ਾਕ ਕਰਨ ਲੱਗ ਗਈ ਓਨਲੀ ਲੋਕਲ ਸ਼ਾਪਸ ਕੱਪੜੇ ਤਾਂ ਚੱਲ ਲਾ ਲਓ ਪੜਦੇ ਚਲੋ ਸਵੇਰੇ ਬਸ ਬੁਟੀਕ ਤੇ ਹੋ ਕੇ ਘਰੇ ਆ ਗਏ ਸਾਨੂੰ ਫਿਰ ਕਿੰਨੀ ਵੱਡੀ ਫੈਮਿਲੀ ਮਿਲਣ ਆ ਗਈ ਅੱਜ ਇੱਕ ਤਾਂ ਕਰਕੇ ਵੀ ਟਾਈਮ ਨਹੀਂ ਲੱਗਿਆ ਬਸ ਅੱਜ ਟਾਈਮਿੰਗ ਸੱਚੀ ਲੱਗਿਆ ਤੇ ਹੁਣ ਪਵਨ ਨੂੰ ਬੜਿਆ ਕੰਮ ਆ ਸਮਾਨ ਲਿਆਉਣਾ ਆ ਕੁਛ ਉਹ ਲੈਣ ਚੱਲਾ ਚੱਲਿਆ ਯਾਰ ਪੀਣੇ ਨੀ ਵੀ ਕੁਛ ਲਿਆਈ ਉਹਨੇ
खाई जाओ ललक सल जिन्ना खाधा जाता हूँ एनिवर्सरी मना के नहीं आए पीजा लै आऊ पीजा जा भरावा यार काम कर कोई जा पता नी की चक्कर है जिवें किसी भी टॉपिक ते गल छेड़दे विच ना लै देना कप्तान बन्निया आ ओए असी खोले आईए उहनूं जाके बन्निया तो बन्निया रहे फिर ये तो बहुत वाहियत वलोग ने मैं तो पहली बार वेख्या कहो जा कुछ सीगा ये काम का डैडी दारू छड़ती दस कड़े असी इतों बनाए कप्तान कुत्ता खा गया तो खा गया असी हुण उहदे संग जत्त पा लईए कढ़न नूं सुनेहा कितों दे फ्रेंड तेरे एक दिन कुत्ता खा लिया ने बाहर घूमदे ने एक दिन की कल खाधा है कसूता मोड़ मैं इतो मुड़ी नहीं जब तक पुगना जाए ना पर जो मैं गुस्से उदो मैं इतने लागे नट जानी हूँ बिच चलो नट जा अच्छा कप्तान एक दिन भज गया साडे मगरों इन्हें कुत्ता खाता पूरा रज के बेचारा गिफ्ट कदों खोलोगे ओही तां वेखण आया सी मैं की बूट दित्ते आ की दित्ता तुहानूं लोकां ने मनाउन तो तुसी एनिवर्सरी कल्ले गए सीगे रीलां वालियां च किन्ना चलदा है ना कपलां च कपल वलॉगरां च स्पैशली कोई भी इन्हां नूं बहाना चाहिए कोई प्रोग्राम आ जाए मैं कहना ला के पिछे रिंग जिहा चार गुब्बारे टंके ताड़ियां मार टैन गिफ्ट देण ते दब्बी चलो काम बस कोई चक्कर नहीं विखावा करना चाहिए पूरा सानूं आ इन्हें लिया के दिता आ इन्हें मैनू लिया के दिता ये बहुत खराब चीज़ है अच्छा नासा भन्नो जो फड़ के साडे कोल बाकी अज असीं बनाया साग रोटी हले बणनी आ साग बनाया नाले पनीर धरी बैठे से अगला दिन आ गया हायो रब मेरे ब्लॉग आके बाजार ता जेड़े हिसाब दा बदल होया किद्दा दा लगदा जदा पर्दा लगा हुंदा ऊपर पड़ा हायो रब मेरे ए तां गरलाल बावे तो भी उत्ते पड़दा पड़दा किवें उत्ते लग जूगा अले पी ए दो 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 जने ब्लॉग बना ओ घरे ब्लॉग बनाई जांदी बाहर बनाई जांदा फिर भी 17 मिंटां दा मसा पूरा होया इहनां कोलों ਅੱਜ ਪੀਜ਼ਾ ਵੀ ਟਰਾਈ ਕਰ ਲੈਣਾ ਭਾਜੀ ਹੁਣਾਂ ਦਾ ਨਵਾਂ ਸ਼ੁਰੂ ਕੀਤਾ ਤੇ ਆਪਾਂ ਦੇਖਦੇ ਹਾਂ ਅੱਜ ਕਿਦਾਂ ਟੇਸਟ ਆ ਫਰੈਸ਼ ਹਾਂਜੀ ਬਿਲਕੁਲ ਫਰੈਸ਼ ਬੇਸ ਨਹੀਂ ਨਹੀਂ ਸਹੀ ਆ ਚਲੋ ਕੋਈ ਚੱਕਰ ਨਹੀਂ ਮਿਲਦੇ ਆ ਫਿਰ ਦੁਬਾਰਾ ਓਕੇ ਭਾਜੀ ਤੇ ਹੁਣ ਆਪਾਂ ਇੱਧਰ ਆਏ ਸੀ ਕਰਿਆਨਾ ਸਟੋਰ ਤੇ ਉੱਥੋਂ ਲੈਣੇ ਸੀਗੇ ਘੇ ਦੇ ਪੀਪੇ ਦੋ ਸੋ ਸਾਡੇ ਜਦੋਂ ਇਹ ਪਹਿਲਾਂ ਕਾਰ 'ਚ ਬਹਿ ਕੇ ਗਿਆ ਕਹਿੰਦਾ ਚਲੋ ਚੱਲੀਏ ਸ਼ਹਿਰ ਨੂੰ ਬੜੇ ਕੰਮ ਆ ਇੱਕ ਸੁਨਹਿਰੇ ਦੁਕਾਨ 'ਤੇ ਜਾ ਕੇ ਆ ਗਿਆ ਇੱਕ ਕਹਿੰਦਾ ਬਲੈਰੂ ਦੀ ਕੋਲੀ ਜੀ ਪਵਾਉਣੀ ਕਿੰਨਾ ਕੁ ਜ਼ਰੂਰੀ ਕੰਮ ਸੀ ਮੈਨੂੰ ਲੱਗਿਆ ਪਤਾ ਨਹੀਂ ਕਿੱਡਾ ਕੁ ਜ਼ਰੂਰੀ ਕੰਮ ਹੋਣਾ ਕੋਈ ਕਚਹਿਰੀਆਂ ਕਚੋਰੀਆਂ ਜਾਣਾ ਹੋਣਾ ਕੋਈ ਹੋਰ ਕੰਮ ਹੋਣਾ ਮੈਨੂੰ ਤਾਂ ਨਹੀਂ ਲੱਗਦਾ ਗਿਫਟ ਖੋਲੂਗਾ ਪੀਜੀ ਵਾਲਾ ਡੱਬਾ ਹੀ ਖੋਲੂਗਾ ਬਸ ਸਾਡੇ ਪਿੰਡ ਦਾ ਲੰਗਰ ਹੁੰਦਾ ਬਾਬਾ ਗੁਰਦਿੱਤਾ ਜੀ ਦੇ ਤੇ ਉਹਦੇ ਕਰਕੇ ਫਿਰ ਆਪਾਂ ਉੱਥੇ ਸੇਵਾ ਵਿੱਚ ਹਮੇਸ਼ਾ ਇੱਦਾਂ ਕਰੀਦਾ ਵੀ ਆਪਣੇ ਨੂੰ ਜੋ ਸਰਦਾਂ ਦਾ ਚੀਜ਼ ਉਹ ਲੈ ਲਈਦੀ ਆ ਠੀਕ ਆ ਤੇ ਉਹ ਲੈ ਲਿਆ ਤੇ ਹੁਣ ਸਵੇਰ ਨੂੰ ਪਿੰਡ ਵਾਲੇ ਨੇ ਚੱਕਣ ਆਉਣੇ ਆ ਇਹ ਕੋ ਨਾਲੇ ਲੈ ਜੂਗੇ ਚਲ ਵਧੀਆ ਗੱਲ ਆ ਤੁਸੀਂ ਸੇਵਾ ਕਰਦੇ ਹੋ ਚਲ ਦੱਸ ਵੀ ਦਿੱਤਾ ਤਾਂ ਵੀ ਠੀਕ ਆ ਪਰ ਦੋ ਪੀਪੇ ਘੇ ਦੇ ਆਇਆ ਅੱਗ ਦੇ ਪਿੰਡ ਸੇਵਾ ਸੀ ਆਪਾਂ ਸੇਵਾ ਪਾਉਣੀ ਆ ਤਾਂ ਕਰਕੇ ਥੋੜ੍ਹਾ ਜਿਹਾ ਸਮਾਨ ਲੈਣਾ ਸੀ ਗੱਲ ਖਤਮ ਸਾਰਾ ਹੋ ਗਿਆ ਆ ਤੇ ਚਲੋ ਹੁਣ ਘਰੇ ਚੱਲਦੇ ਹਾਂ ਪੀਜ਼ਾ ਵੀ ਲੈ ਲਿਆ ਤੇ ਚੋਕਲੇਟਾਂ ਵੀ ਲੈ ਲਈਆਂ ਫਿਰ ਚੋਕਲੇਟਾਂ ਨੂੰ ਫੋਨ ਆ ਗਈ ਚੋਕਲੇਟ ਰਹਿੰਦੀਆਂ ਆ ਚਲੋ ਨਿੱਬੇ ਆ ਲੋਕ ਕੰਟੀਨਿਊ ਜਾਂਦੇ ਆ ਠੀਕ ਹੈ ਤਾਂ ਬੜਾ ਨਿੱਬੇ ਆ ਮਿੱਠਾ ਖਾਣੀ ਆ निब्बे ना जिहड़े रीलां वाले छोटे निब्बे ओ सही है ज्यादा मेरे हिसाब नाल इन्हां तों ये तो पेंशन वाले पहुंचे खड़े पता नहीं किन्नी बार ਪਰ ਲਿਆਂਦੀਆਂ ਪੰਜੇ ਹੀ ਆ ਹੈ ਹੋਰ 12 ਲਿਆ ਮੰਗੂ ਤੇ ਥੰਮ ਜੇ ਤਾਂ ਹੀ ਪੈਣੇ ਤੂੰ ਬੈਠਾ ਖਾਣਾ ਨਹੀਂ ਇਹਨਾਂ ਹਟਣੇ ਆ
ਇਹਨਾਂ ਪੈਣੇ ਆ ਜੇ ਮੰਗੀ ਚਾਕਲੇਟ ਦੇ ਦੀ ਮੇਰੇ ਤੋਂ ਅੱਛਾ ਠੀਕ ਆ ਹਾਂਜੀ ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ ਮੈਂ ਹਾਂਜੀ ਕੀ ਹਾਲ ਚਾਲ ਪ੍ਰਧਾਨ ਠੀਕ ਆ ਪ੍ਰਧਾਨਾਂ ਨੂੰ ਕੀ ਹੋਇਆ ਪ੍ਰਧਾਨਾਂ ਨੂੰ ਕੀ ਲੱਗੀ ਹੈ ਜਿਹੜਾ ਵਾਰ ਵਾਰ ਹਾਲ ਚਾਲ ਪੁੱਛੀ ਇਹਨ ਚੱਲ ਖੋਲ ਗਿਫਟ ਇਹਨੂੰ ਤਾਂ ਡੀਕਦਾ ਸੀ ਮੈਂ ਕੀ ਇਹਦੇ 'ਚ ਹਾਂ ਬਲੇਰੋ ਜੀ ਚੱਕ ਕੇ ਕਦੇ ਚੱਲ ਇਧਰ ਕਦੇ ਚੱਲ ਇਧਰ ਕੰਮ ਕੀ ਸੀ ਕੋਈ ਨੀ ਸੀ ਕਪਤਾਨ ਨੂੰ ਘੁਮਾਉਣਾ ਸੀ ਕੁੱਤਾ ਖਾ ਗਿਆ ਐਨਾ ਕੁੰਡਾ ਨੀ ਖਾ ਗਿਆ ਬਹੁਤ ਵਧੀਆ ਗਿਫਟ ਇਹ ਨਾਲੇ ਖੋਲ ਕੇ ਦੇਖੋ ਕਿਸ ਤਰ੍ਹਾਂ ਦਾ ਲੱਗਦਾ ਕਿੰਨਾ ਟਾਈਮ ਲੱਗੂ ਖੋਲਣ ਵਾਜ ਬੜੀ ਗੁੰਦੀ ਤੁਹਾਡੇ ਯਾਰ ਸਭ ਤੋਂ ਪਹਿਲਾਂ ਇੱਕ ਸ਼ੂਟ ਦਾ ਗਿਫਟ ਪਾਠ ਆਪ ਹੀ ਪੈਕ ਕਰਕੇ ਨਾ ਖੋਲ ਲਿਓਣਗੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਇਹਨਾਂ ਤੇ ਆਪਾਂ ਇਹ ਹੈਗੀ ਆ ਡੱਬੀ ਛੋਟੀ ਜੀ ਡੱਬੀ ਜੋ ਕੀ ਨਿਕਲੂਗਾ ਬੱਲੇ ਸਤਨਾਮ ਬੰਦ ਚੱਲ ਇਹ ਗੱਡੀ ਚਲਾਵਾਂਗੇ ਨਾ ਹੈਲਮੇਟ ਆ ਬਲੈਰੋ ਚ ਪਾ ਕੇ ਬਹਿ ਜਾ ਕਰ ਇਹਦੇ ਚ ਕੀ ਆ ਪੈਕਿੰਗ ਕਰਨ ਵਾਲਾ ਵੀ ਸਤਿ ਸ੍ਰੀ ਅਕਾਲ ਹੀ ਸੀ ਟੇਪ ਲਾ ਦਿੰਦਾ ਕੋਈ ਹੋਰ ਉੱਤੇ ਤੈਨੂੰ ਕੀ ਲੱਗਦਾ ਹੋਊਗਾ ਜੀ ਉਹੀ ਗੱਲ ਹੋਈ ਨਾ ਇਹਦੇ ਗਿਫਟ ਨਿਕਲ ਗਿਆ ਪੈ ਜਾ ਮੈਂ ਜਦੋਂ ਖੁੱਲ ਕੇ ਮੈਨੂੰ ਦੱਸਦੀ ਇਹਨੇ ਤਾਂ ਜਿੰਮ ਚ ਨਹੀਂ ਬਾਹਰ ਨਾ ਖੋਏ ਜਿੰਨਾ ਇੱਥੇ ਕਰ ਲੈਣਾ ਮੈਨੂੰ ਲੱਗਦਾ ਡੱਬੇ ਦੇ ਕਿਤੇ ਕਿਤੋਂ ਲੱਭ ਕੇ ਲੈ ਗਿਆ ਪੀਕੋਕ ਲਿਖਿਆ ਇੱਥੇ ਪੀਕੋਕ ਕਿੰਨ ਨਿਕਲ ਜਾਵੇ ਉਹ ਬੱਲੇ ਚੱਕ ਲੈਂਦਾ ਕੀ ਪਤਾ ਅੱਲ ਤਿੰਨ ਟੱਪਿਆਂ 'ਚ ਫੋਨ ਨੂੰ ਕੀ ਸੀ ਇਹਨੂੰ ਐਡਾ ਕਿੱਡਾ ਕੁ ਮਹਿੰਗਾ ਸੀਗਾ ਕੀ ਪਤਾ ਸੁਨੇਹਾ ਦਾ ਫੋਨ ਆਇਆ ਹੁੰਦਾ ਚੱਕ ਲੈਂਦਾ ਭਾਅ ਜੀ ਤੁਹਾਡੇ ਤੇ ਰੋਮਾਂਚਿਕ ਆਇਆ ਕੋਈ ਚੱਕਰ ਨਹੀਂ ਭਾਅ ਜੀ ਆਪਣੇ ਹਾਂ ਉਹ ਆਪਾਂ ਹੀ ਭੋਰਦੇ ਹੁਣ ਆਪਣੇ ਵੀ ਗਲਤੀ ਕੀ ਗਏ ਭਾਅ ਜੀ ਹੁਣ ਉਹ ਡੱਬੇ ਐਵੇਂ ਵੇਸਟ ਕੀਤੇ ਦੋ ਦਸ ਗੱਲ ਗੱਤਾ ਪਾੜਦੇ ਭਰਾਵਾ ਉਹਨੂੰ ਚਾਰੇ ਪਾਸੇ ਲਿਖਿਆ ਹਾਂ ਚੱਲ ਕੋਈ ਨੀ ਬਹੁਤ ਸੋਹਣਾ ਗਿਫਟ ਆ ਥੈਂਕ ਯੂ ਸੋ ਮਚ ਭਰਾਵਾ ਓਏ ਇੱਕ ਮੈਨੂੰ ਗੱਲ ਦੱਸੋ ਆ ਜਿਹੜੀ ਕੁੜੀ ਹੈ ਕਿੰਮੀ ਚਲੋ ਠੀਕ ਆ ਆਪਦਾ ਆਪਦਾ ਟੈਲੈਂਟ ਆ ਜੋ ਵੀ ਹੈ ਉਹਦਾ ਕੰਮ ਹੈ ਪਰ ਇਹ ਐਂ ਕਾਹਤੋਂ ਕੜੇ ਕੁੜੇ ਮੁੰਦਰੀਆਂ ਮੰਦਰੀਆਂ ਪਾ ਕੇ ਕਾਂਟੇ ਛਾਂਟੇ ਚੰਨੀ ਤਿਆਰ ਰਹਿੰਦੀ ਇਹਨੂੰ ਐਂ ਵੀ ਕਿਤੇ ਵਿਆਹ ਨਾ ਆ ਜਾਏ ਹੁਣੇ ਘੰਟਾ 15 ਮਿੰਟ ਪਹਿਲਾਂ ਫੋਨ ਆਵੇ ਦੀਦੀ ਸਾਡੇ ਰਿਸ਼ਤੇਦਾਰ 'ਚ ਵਿਆਹ ਜਲਦੀ ਪਹੁੰਚੋ ਨਾਲ ਦੇ ਨਾਲ ਤਿਆਰ ਹੋ ਕੇ ਚੱਲ ਜਾਂਦੀ ਹੋਣੀ ਹੈ ਇਹ ਕਿਹੜਾ ਰਿਵਾਜ਼ ਹੈ ਮੇਰੇ ਹਿਸਾਬ ਨਾਲ ਕਈ ਚੋਰ ਤਾਂ ਇਹਨਾਂ ਦਾ ਵਲੌਗ ਵੇਖ ਉਦੋਂ ਸ਼ਹਿ ਨਾ ਮਿਲੀ ਹੁਣ ਕੀ ਪਤਾ ਮਿਲ ਜੇ ਓਏ ਕੁੱਤਾ ਲੈ ਓਏ ਕੀ ਕਰਨਾ ਇੱਕ ਬੁੜੀ ਨੂੰ ਲੁੱਟਣਾ ਉਹ ਕੁੜੀ ਜੀ ਆ ਕਪਲ ਜੀ ਹਾਂ ਉਹਨੂੰ ਲੁੱਟਣਾ ਉਹਦੇ ਕੜੇ ਲਾਉਣੇ ਆ ਜਦੋਂ ਹੀ ਪੈਡੀਗਰੀ ਪਾਉਣ ਲੱਗੀ ਨਾਲੇ ਫੜ ਲਈ ਹੱਥਾਂ ਕਰਕੇ ਚਲੋ ਭੱਜ ਜਾਣੇ ਕੁੱਤਾ ਚੱਕ ਕੇ ਸਾਡੇ ਕੋਲ ਜਾਵੇ ਧਿਆਨ ਨਾਲ ਪੈਡੀਗਰੀ ਪਾਇਓ ਗਿਫਟ ਵੀ ਨਿੱਬਿਆਂ ਵਾਲੇ ਹੀ ਆ ਚਲੋ ਚੱਲ ਲੈ ਲਾ ਝੂਟਾ ਬਹਿ ਗਏ ਇੱਥੇ ਹੁਣ ਉੱਤੇ ਨਹੀਂ ਇੱਕ ਮਿੰਟ ਟਾਈਟਲ ਰੱਖਿਆ ਗਿਫਟ ਓਪਨਿੰਗ ਵਲੌਗ ਗਿਫਟ ਸੀ ਕੀ ਉਹਦੇ 'ਚ ਇੱਕ ਫੋਟੋ ਸੀ ਚੱਲ ਇਹ ਕੀ ਸੀਗਾ ਤਿੰਨ ਡੱਬੇ ਖੋਲਣ ਨੂੰ ਗਿਫਟ ਓਪਨਿੰਗ ਕਹਿ ਦਿੰਦੇ ਆ
ਦੇਖ ਜਾ ਕੇ ਨਰੂਲਿਆਂ ਦੇ ਵਲੋਗ, 25 ਤਾਂ ਚੈਨੀਆਂ ਨਿਕਲਦੀਆਂ ਵਲੋਗ ਚੋਂ, ਉਹ ਹੁੰਦੇ ਸ਼ੋਅ ਆਫ ਵਲੋਗ। ਇਹ ਤਾਂ ਬਹੁਤ ਬੋਰ ਵਲੋਗ ਸੀਗਾ, ਇਹਦਾ ਮਨ ਚ ਕਰਿਆ ਕਰਾਂ ਹੁਣ ਮੈਂ। ਕਪਤਾਨ ਕੁੱਤਾ ਖਾ ਗਿਆ ਵੀ, ਅਸੀਂ ਦੱਸ ਹੁਣ ਕਪਤਾਨ ਦੇ ਮੂੰਹ ਚ ਹੱਥ ਪਾ ਲਈਏ ਪੁੱਛਣ ਵਾਲਾ ਹੋਵੇ ਤਾਂ ਕਪਤਾਨ ਦੀ ਗਲਤੀ ਹੈ। ਕੁੱਤਾ ਖਾਨ ਨੂੰ ਕਿਹਾ ਕਿਹਨੇ ਸੀ ਕਪਤਾਨ ਨੂੰ? ਕਿੱਥੇ ਆ ਕਮੈਂਟ ਪੜ੍ਹਨ ਵਾਲੇ, ਇਹ ਕਿਹੜਾ ਬਖਸ਼ਦਾ ਕਿਸੇ ਨੂੰ? ਕੀ ਪੂਰੇ ਰੋਮਾਂਚਿਕ ਪ੍ਰੋਗਰਾਮ ਸਿਰਫ ਕਪਤਾਨ ਨੇ ਕੁੱਤਾ ਖਾਧਾ, ਹੋਰ ਕੁਛ ਨਹੀਂ ਕੀਤਾ? ਘਰੇ ਘਰੇ ਵਲੋਗ ਬਣਾਈ ਜਾਂਦੇ, ਘਰੇ ਗੱਲਾਂ ਮਾਰਨੀਆਂ, ਚਾਰ ਬੰਦਾ ਬਹਿ ਕੇ, ਕੋਈ ਪਰਸਨਲ ਲਾਈਫ ਹੈਗੀ ਹੈ? ਕੋਈ ਵੀ ਨਹੀਂ ਗੀ, ਜਿੰਨਾ ਨਹੀਂ ਦਿਖਾਉਣਾ ਵੀ ਕੋਈ ਕਲਾ ਹੋਈ ਯਾਰ, ਮੇਰੇ ਹਿਸਾਬ ਨਾਲ ਤਾਂ ਨਹੀਂ। ਆਓ ਭਰਾਵਾ, ਸਿਰਾ ਕਿਰਾਇਆ ਹੁੰਦਾ ਅਤੇ ਐਂਡ ਮਾਹੌਲ ਪਾ ਦਿੰਦੇ ਹੋ, ਇੰਨੇ ਘੈਂਟ ਰੋਮਾਂਚਿਕ ਹੁੰਦੇ, ਮੇਰਾ ਤਾਂ ਬੜਾ ਟਾਈਮ ਤੋਂ ਬੜਾ ਇੰਨੇ ਟਾਈਮ ਨਿਕਲ ਜਾਂਦਾ। ਥੈਂਕ ਯੂ ਵੀਰ ਜੀ, ਸਾਡੇ ਲਈ ਇੰਨੀ ਮਿਹਨਤ ਕਰਦੇ ਹੋ ਸਿਰਫ ਸਾਡੇ ਟਾਈਮ ਪਾਸ ਲਈ, ਸ਼ੁਕਰੀਆ ਭਰਾ ਜੀ, ਬਹੁਤ ਬਹੁਤ ਤੁਹਾਡਾ ਮਾਹੌਲ ਵਧੀਆ ਰਹਿੰਦਾ। ਆਓ ਅਗਲਾ ਕਮੈਂਟ ਪੜ੍ਹੀਏ। ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ? ਮੈਂ ਚੈਨਲ ਸਬਸਕ੍ਰਾਈਬ ਵੀ ਕਰਿਆ ਹੋਇਆ ਅਤੇ ਲਾਈਕ ਕਮੈਂਟ ਸ਼ੇਅਰ ਕਰਦੇ ਹਾਂ ਅਤੇ ਤੁਸੀਂ ਰੇਡ ਹੀ ਨਹੀਂ ਕਰਦੇ। ਓਏ ਹੋਏ ਹੋਏ, ਕਮੈਂਟ ਕਰਕੇ ਥੱਕ ਗਈ। ਓਏ ਹੋਏ, ਆਰਾਮ ਕਰ ਲਾ ਭੈਣੇ। ਮੈਂ ਵੀ ਲਾਸਟ ਕਮੈਂਟ, ਆਹ ਲਾਸਟ ਕਮੈਂਟ ਹੋਵੇ। ਓਏ ਹੋਏ, ਫਾਲਿਆ ਹੀ ਆਪਾਂ ਲਾਸਟ ਕਮੈਂਟ ਵੀ ਤੁਹਾਡਾ ਫਿਰ, ਬਾਕੀ ਕੋਈ ਪਤਾ ਨਹੀਂ ਅੱਗੇ ਤੋਂ ਵੀ ਕਰ ਦਈਏ ਹੈ ਬਜਾ। ਓਏ ਯਾਰ, ਕਈਆਂ ਦੇ ਕਮੈਂਟ ਰਹਿ ਜਾਂਦੇ ਆ, ਮੈਨੂੰ ਕੋਈ ਆਖਦਾ ਬਾਈ ਤੂੰ ਵੱਡੇ ਵੱਡੇ ਕਮੈਂਟ ਪੜ੍ਹਦਾ, ਹੁਣ ਅੱਤ ਸਿਰਾ ਗਾਡਰ ਥੋੜ੍ਹੀ ਪੜ੍ਹੀ ਜਾਵਾਂ, ਲਿਖਿਆ ਕਰੋ ਵੱਡਾ ਵੱਡਾ ਸੋਹਣਾ ਜਿਹਾ ਕਮੈਂਟ। ਬਾਕੀ ਕੋਈ ਪਤਾ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਧਮਕੀ ਦੇ ਚੁੱਕੀ ਹਾਂ ਵੀ ਜੇ ਰੀਡ ਨਾ ਕੀਤਾ ਦੁਬਾਰਾ ਤੁਹਾਡਾ ਕਲੇਸ਼ ਪਵਾ ਦੇਣਾ। ਕੀ ਦੇਣਾ ਲੈ, ਉਹ ਕਾਹਤੋਂ ਕਲੇਸ਼ ਪਵਾਉਣਾ? ਥੈਂਕਸ ਐਡਵਾਂਸ 'ਚ ਕਮੈਂਟ ਰੀਡ ਕਰਨ ਲਈ, ਗੋਡ ਬਲੈਸ ਯੂ ਲਵ ਫਰੋਮ। ਤੁਹਾਨੂੰ ਪਤਾ ਹੀ ਕਿਹਦੇ ਨਾਲ ਕਲੇਸ਼ ਪਵਾ ਦੇਣਾ, ਪਿੱਛੇ ਜਿਹਨਾਂ ਨੇ ਪਿਆਸ ਮੈਂ, ਉਹ ਨਹੀਂ ਪੈਂਦਾ ਹੁਣ। ਸੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ, ਅਤੇ ਬਾਕੀ ਜਲਦੀ ਜਿਹੜਾ ਕਪਤਾਨ ਨੇ ਕੁੱਤਾ ਖਾਧਾ ਆਪਾਂ ਬਾਹਰ ਕੱਢ ਕੇ ਲਿਆਵਾਂਗੇ, ਤਾਂ ਹੀ ਨਹੀਂ ਵਿਊ ਆਉਂਦੇ ਪਏ। ਅੱਗੇ ਜਾ ਕੇ ਇੰਸਟਾ ਸਨੈਪਚੈਟ 'ਤੇ ਮੈਨੂੰ ਐਡ ਕਰਿਓ, ਤੁਹਾਨੂੰ ਆਖਦਾ ਇਹਨਾਂ ਨੂੰ ਨਹੀਂ ਯਾਰ, ਵੱਡਾ ਨਿੱਬਾ ਇਹ। ਹਾਂਜੀ ਪ੍ਰਧਾਨ, ਸਬਸਕ੍ਰਾਈਬ ਬਟਨ 'ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਪ੍ਰਧਾਨ।